ਆਸ਼ੀਰਵਾਦ ਲੈ ਕੇ ਕੰਪੇਨ ਸ਼ੁਰੂ ਕਿਰਪਾ ਨਾਲ ਵਿੱਤ ਪ੍ਰਾਪਤ ਹੋਈ ਆ। ਅੱਜ ਸਾਰਿਆਂ ਨੇ ਅਸੀਂ ਸਾਡੇ ਸਤਿਕਾਰਯੋਗ ਐਮ ਐਲ ਏ ਸਾਹਿਬਾਨ ਵੀ ਪਾਰਟੀ ਦੇ ਸਮਾਨ ਲੀਡਰ ਸਾਹਿਬਾਨ ਸ਼ੁਕਰਾਨਾ ਕਰਨ ਆਏ ਨੇ ਮਾਤਾ ਦੇ ਦਰਬਾਰ ਅਤੇ ਅੱਗੇ ਆਉਣ ਵਾਲੇ ਟਾਈਮ ਦੀ ਜ਼ਿੰਮੇਵਾਰੀ ਬਖਸ਼ੀ ਹੈ ਜਨ ਸੰਗਤ ਨੇ, ਉਹ ਜ਼ਿੰਮੇਵਾਰੀ ਨੂੰ ਤਨ ਦੇਣਾ ਇਮਾਨਦਾਰੀ ਨਿਭਾਈ ਜੀ। ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੀਏ। ਮਾਤਾ ਵੈਸ਼ਨੋ ਜੀ, ਅਕਾਲ ਪੁਰਖ ਜੀ, ਬਹੁਤ ਦੁਖਮਤ ਹੋਈ ਹੈ। ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਡੇ ਭਰਾ ਮਾਲਵਿੰਦਰ ਸਿੰਘਾਂ ਨੇ ਮੈਚ ਦਰਜ ਕੀਤੀ ਹੈ ਅਤੇ ਹੁਣ ਉਹ ਇਸ ਮਹਾਨ ਇਸ ਪਾਵਨ ਪਵਿੱਤਰ ਧਰਤੀ ਦੀ ਨੁਮਾਇੰਦਗੀ ਜਿਹੜੀ ਸਾਡੇ ਦੇਸ਼ ਦੀ ਸਭ ਸੰਸਦ ਹੈ, ਸਭ ਤੋਂ ਵੱਡੀ ਪੰਚਾਇਤ ਹੈ, ਲੋਕ ਸਭਾ ਦੇ ਵਿੱਚ ਕਰਨਗੇ। ਮੈਂ ਅਨੰਦਪੁਰ ਸਾਹਿਬ ਲੋਕ ਸਭਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਹਰ ਇੱਕ ਵੋਟਰ ਦਾ ਧੰਨਵਾਦ ਕਰਦਾ ਜਿਹਨੇ ਸਾਡੇ ਇੱਥੇ ਉੱਤੇ ਵਿਸ਼ਵਾਸ ਕੀਤਾ। ਨਾਲ ਹੀ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਾਹਿਬਾਨਾਂ ਦਾ ਦਿਲੋਂ ਧੰਨਵਾਦ ਜਿਹਨੇ ਦਿਨ ਰਾਤ ਮਿਹਨਤ ਕਰਕੇ ਇੰਨੀ ਗਰਮੀ 'ਚ ਜਿਹੜਾ ਹੈ ਇਹ ਸੀਟ ਪਾਰਟੀ ਨੇ ਝੋਲੀ ਪਾਈ। ਸਾਰੇ ਜਿਹੜੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਐਮ ਐਲ ਏ ਸਾਹਿਬਾਨ ਮੰਤਰੀ ਸਾਹਿਬ ਆਏ ਨੇ, ਸਭ ਤੋਂ ਪਹਿਲਾਂ ਤਾਂ ਮੈਂ ਕੰਗ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ। ਔਰ ਮਾਂ ਦਾ ਜਦੋਂ ਆਸ਼ੀਰਵਾਦ ਹੋਵੇ ਤਾਂ ਬੱਚੇ ਜਿਹੜੇ ਆ ਡੱਟ ਕੇ ਕੰਮ ਕਰਦੇ ਆ। ਮਾਂ ਨੇ ਆਸ਼ੀਰਵਾਦ ਦਿੱਤਾ, ਉਹ ਸਾਡੇ ਸਾਰੇ ਸਾਥੀ ਜਿਹੜੇ ਆ ਉਹਨਾਂ ਨੇ ਨਾ ਦਿਨ ਦੇਖਿਆ ਨਾ ਰਾਤ ਦੇਖਿਆ, ਵਰਦੀ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਨੰਗੇ ਪੈਰ ਭੁੱਖੇ ਪੇਟ ਜਿਹੜਾ ਉਹ ਪਾਰਟੀ ਲਈ ਕੰਮ ਕੀਤਾ, ਕੰਗ ਸਾਹਿਬ ਨੂੰ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਹੈ। ਔਰ ਮਾਂ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਨਾ ਹੈ ਕਿ ਜੋ ਜ਼ਿੰਮੇਵਾਰੀ ਸਾਡੇ ਭਰਾ ਨੂੰ ਮਿਲੀ ਹੈ ਇਹ ਤਾਂ ਦੇ ਨਾਲ ਨਿਭਾਉਣ ਦੀ ਇਹਨਾਂ ਨੂੰ ਸ਼ੱਕ ਪੂਰਾ ਬਖਸ਼ੀ ਜੀ। ਆਸ਼ੀਰਵਾਦ ਲੈ ਕੇ ਕੰਪੇਨ ਸ਼ੁਰੂ ਕਿਰਪਾ ਨਾਲ ਵਿੱਤ ਪ੍ਰਾਪਤ ਹੋਈ ਆ। ਅੱਜ ਸਾਰਿਆਂ ਨੇ ਅਸੀਂ ਸਾਡੇ ਸਤਿਕਾਰਯੋਗ ਐਮ ਐਲ ਏ ਸਾਹਿਬਾਨ ਵੀ ਪਾਰਟੀ ਦੇ ਸਮਾਨ ਲੀਡਰ ਸਾਹਿਬਾਨ ਸ਼ੁਕਰਾਨਾ ਕਰਨ ਆਏ ਨੇ ਮਾਤਾ ਦੇ ਦਰਬਾਰ ਅਤੇ ਅੱਗੇ ਆਉਣ ਵਾਲੇ ਟਾਈਮ ਦੀ ਜ਼ਿੰਮੇਵਾਰੀ ਬਖਸ਼ੀ ਹੈ ਜਨ ਸੰਗਤ ਨੇ, ਉਹ ਜ਼ਿੰਮੇਵਾਰੀ ਨੂੰ ਤਨ ਦੇਣਾ ਇਮਾਨਦਾਰੀ ਨਾਲ ਨਿਭਾਈ ਜੀ। ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੀਏ। ਮਾਤਾ ਵੈਸ਼ਨੋ ਜੀ, ਅਕਾਲ ਪੁਰਖ ਜੀ, ਬਹੁਤ ਦੁਖਮਤ ਹੋਈ ਹੈ। ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਡੇ ਭਰਾ ਮਾਲਵਿੰਦਰ ਸਿੰਘਾਂ ਨੇ ਮੈਚ ਦਰਜ ਕੀਤੀ ਹੈ ਅਤੇ ਹੁਣ ਉਹ ਇਸ ਮਹਾਨ ਇਸ ਪਾਵਨ ਪਵਿੱਤਰ ਧਰਤੀ ਦੀ ਨੁਮਾਇੰਦਗੀ ਜਿਹੜੀ ਸਾਡੇ ਦੇਸ਼ ਦੀ ਸਭ ਸੰਸਦ ਹੈ, ਸਭ ਤੋਂ ਵੱਡੀ ਪੰਚਾਇਤ ਹੈ, ਲੋਕ ਸਭਾ ਦੇ ਵਿੱਚ ਕਰਨਗੇ। ਮੈਂ ਅਨੰਦਪੁਰ ਸਾਹਿਬ ਲੋਕ ਸਭਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਹਰ ਇੱਕ ਵੋਟਰ ਦਾ ਧੰਨਵਾਦ ਕਰਦਾ ਜਿਹਨੇ ਸਾਡੇ ਇੱਥੇ ਉੱਤੇ ਵਿਸ਼ਵਾਸ ਕੀਤਾ। ਨਾਲ ਹੀ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਾਹਿਬਾਨਾਂ ਦਾ ਦਿਲੋਂ ਧੰਨਵਾਦ ਜਿਹਨੇ ਦਿਨ ਰਾਤ ਮਿਹਨਤ ਕਰਕੇ ਇੰਨੀ ਗਰਮੀ 'ਚ ਜਿਹੜਾ ਹੈ ਇਹ ਸੀਟ ਪਾਰਟੀ ਨੇ ਝੋਲੀ ਪਾਈ। ਸਾਰੇ ਜਿਹੜੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਐਮ ਐਲ ਏ ਸਾਹਿਬਾਨ ਮੰਤਰੀ ਸਾਹਿਬ ਆਏ ਨੇ, ਸਭ ਤੋਂ ਪਹਿਲਾਂ ਤਾਂ ਮੈਂ ਕੰਗ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ। ਔਰ ਮਾਂ ਦਾ ਜਦੋਂ ਆਸ਼ੀਰਵਾਦ ਹੋਵੇ ਤਾਂ ਬੱਚੇ ਜਿਹੜੇ ਆ ਡੱਟ ਕੇ ਕੰਮ ਕਰਦੇ ਆ। ਮਾਂ ਨੇ ਆਸ਼ੀਰਵਾਦ ਦਿੱਤਾ, ਉਹ ਸਾਡੇ ਸਾਰੇ ਸਾਥੀ ਜਿਹੜੇ ਆ ਉਹਨਾਂ ਨੇ ਨਾ ਦਿਨ ਦੇਖਿਆ ਨਾ ਰਾਤ ਦੇਖਿਆ, ਵਰਦੀ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਨੰਗੇ ਪੈਰ ਭੁੱਖੇ ਪੇਟ ਜਿਹੜਾ ਉਹ ਪਾਰਟੀ ਲਈ ਕੰਮ ਕੀਤਾ, ਕੰਗ ਸਾਹਿਬ ਨੂੰ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਹੈ। ਔਰ ਮਾਂ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਨਾ ਹੈ ਕਿ ਜੋ ਜ਼ਿੰਮੇਵਾਰੀ ਸਾਡੇ ਭਰਾ ਨੂੰ ਮਿਲੀ ਹੈ ਇਹ ਤਾਂ ਦੇ ਨਾਲ ਨਿਭਾਉਣ ਦੀ ਇਹਨਾਂ ਨੂੰ ਸ਼ੱਕ ਪੂਰਾ ਬਖਸ਼ੀ ਜੀ। ਆਸ਼ੀਰਵਾਦ ਲੈ ਕੇ ਕੰਪੇਨ ਸ਼ੁਰੂ ਕਿਰਪਾ ਨਾਲ ਵਿੱਤ ਪ੍ਰਾਪਤ ਹੋਈ ਆ। ਅੱਜ ਸਾਰਿਆਂ ਨੇ ਅਸੀਂ ਸਾਡੇ ਸਤਿਕਾਰਯੋਗ ਐਮ ਐਲ ਏ ਸਾਹਿਬਾਨ ਵੀ ਪਾਰਟੀ ਦੇ ਸਮਾਨ ਲੀਡਰ ਸਾਹਿਬਾਨ ਸ਼ੁਕਰਾਨਾ ਕਰਨ ਆਏ ਨੇ ਮਾਤਾ ਦੇ ਦਰਬਾਰ ਅਤੇ ਅੱਗੇ ਆਉਣ ਵਾਲੇ ਟਾਈਮ ਦੀ ਜ਼ਿੰਮੇਵਾਰੀ ਬਖਸ਼ੀ ਹੈ ਜਨ ਸੰਗਤ ਨੇ, ਉਹ ਜ਼ਿੰਮੇਵਾਰੀ ਨੂੰ ਤਨ ਦੇਣਾ ਇਮਾਨਦਾਰੀ ਨਿਭਾਈ ਜੀ। ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੀਏ। ਮਾਤਾ ਵੈਸ਼ਨੋ ਜੀ,